ਨਮਸਕਾਰ, ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਨੰਗਲ ਦੇ ਕਰੀਬੀ ਖਵਾਜਾ ਪੀਰ ਮੰਦਿਰ ਦੇ ਲਾਗੇ ਪਹਾੜੀਆਂ ਨੂੰ ਅਚਾਨਕ ਅੱਗ ਲੱਗ ਗਈ। ਇਹ ਅੱਗ ਵੇਖਦੇ ਹੀ ਵੇਖਦੇ ਇੰਨੀ ਜ਼ਿਆਦਾ ਭਿਆਨਕ ਫੈਲ ਗਈ ਕਿ ਖਵਾਜਾ ਪੀਰ ਮੰਦਿਰ ਦੇ ਲਾਗੇ ਬਣੀਆਂ ਹੋਈਆਂ ਝੁੰਗੀ ਝੋਪੜੀਆਂ ਦੇ ਲਾਗੇ ਪਹੁੰਚ ਗਈ, ਜਿਸ ਤੋਂ ਬਾਅਦ ਇਸ ਘਟਨਾ ਦੇ ਬਾਰੇ ਫਾਇਰ ਬ੍ਰਿਗੇਡ ਨੰਗਲ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ਉੱਤੇ ਫਾਇਰ ਬ੍ਰਿਗੇਡ ਦੀ ਟੀਮ ਦੀਆਂ 2 ਗੱਡੀਆਂ ਨੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ। ਰਾਹਤ ਦੀ ਗੱਲ ਇਹ ਰਹੀ ਕਿ ਸਮੇਂ ਸਿਰ ਰਹਿੰਦੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਅਤੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋ ਪਾਇਆ, ਪਰ ਫਿਰ ਵੀ ਜੰਗਲੀ ਸੰਪਦਾ ਜਲ ਕੇ ਰਾਖ ਜ਼ਰੂਰ ਹੋ ਗਈ ਹੈ। ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। ਕੀ ਨਾਮ ਹੈ ਜੀ? ਮੇਰਾ ਨਾਮ ਚੰਦਰ ਸ਼ੇਖਰ ਹੈ ਜੀ। ਚੰਦਰ ਸ਼ੇਖਰ ਜੀ, ਕਿਆ ਹੋਇਆ ਸੀ ਇੱਥੇ ਅਤੇ ਕਿਹੜੀ ਟੀਮ ਆਈ ਹੈ ਅਤੇ ਕਿੱਦਾਂ ਸਾਰੇ ਹਾਲਾਤ ਨੇ, ਸਾਰਾ ਵਿਸਤਾਰ 'ਚ ਦੱਸੋ। ਸਾਡੀ ਪੰਜਾਬ ਫਾਇਰ ਸਰਵਿਸ ਤੋਂ ਟੀਮ ਆਈ ਸਰ, ਸਾਨੂੰ 220-101 ਲੈਂਡਲਾਈਨ 'ਤੇ ਸਾਡੇ 'ਤੇ ਫੋਨ ਆਇਆ ਸੀ ਵੀ ਖਵਾਜਾ ਪੀਰ ਮੰਦਿਰ ਦੇ ਨਿਕਟ ਝਾੜੀਆਂ ਨੂੰ ਅੱਗ ਲੱਗ ਗਈ ਹੈ। ਅਤੇ ਅਸੀਂ ਜਦੋਂ ਇੱਥੇ ਆ ਕੇ ਦੇਖਿਆ, ਅੱਗ ਬਹੁਤ ਜ਼ਿਆਦਾ ਲੱਗੀ ਹੋਈ ਸੀ, ਪੂਰਾ ਜੰਗਲ ਜਿਹੜਾ ਬਿਲਕੁਲ ਝੁੱਗੀਆਂ ਦੇ ਨਾਲ ਤੱਕ ਪਹੁੰਚ ਚੁੱਕੀ ਸੀ, ਅਤੇ ਅਸੀਂ ਆ ਕੇ ਅੱਗ 'ਤੇ ਕਾਬੂ ਪਾਇਆ। ਅਤੇ ਕਿੰਨੀ ਟੀਮ ਸਾਰੀ ਪਹੁੰਚੀ, ਕਿੰਨੀਆਂ ਗੱਡੀਆਂ ਲੱਗੀਆਂ? ਸਰ, ਸਾਡੀਆਂ 2 ਗੱਡੀਆਂ ਲੱਗੀਆਂ ਜੀ, ਇੱਕ ਗੱਡੀ 2 ਵਾਰ ਭਰ ਕੇ ਮਾਰੀ, ਇੱਕ ਗੱਡੀ 1 ਵਾਰ, ਇੱਕ ਗੱਡੀ ਸਾਡੀ ਗੰਭੀਰਪੁਰ VIP ਡਿਊਟੀ ਲਈ ਗਈ ਹੋਈ ਸੀ। ਅੱਗ ਨੂੰ ਜ਼ਿਆਦਾ ਦੇਖਦੇ ਹੋਇਆ ਅਸੀਂ ਉਹਨੂੰ ਵੀ ਬੁਲਾ ਲਿਆ, ਇੱਥੇ ਨੂੰ ਜਲਦੀ ਤੋਂ ਜਲਦੀ ਪਹੁੰਚੋ, ਅਸੀਂ ਨਿਆਂ ਨੰਗਲ ਤੋਂ ਆਏ ਸਰ। ਹਾਲਾਤ ਕਾਬੂ ਹੈ ਜੀ? ਹੁਣ ਤਾਂ ਹਾਲਾਤ 'ਤੇ ਕਾਬੂ ਹੈ ਜੀ, ਹੁਣ ਤਾਂ ਕਾਫੀ ਜ਼ਿਆਦਾ ਕਾਬੂ ਹੈ ਜੀ।